ਤੁਸੀਂ ਹਾਦਸੇ ਤਾਂ ਕਈ ਵੇਖੇ ਹੋਣੇ ਪਰ ਹੁਣ ਅਜਿਹਾ ਹਾਦਸਾ ਦਿਖਾਉਣ ਜਾ ਰਹੇ ਜਿਸ 'ਚ ਇੱਕ ਫੋਰਚੂਨਰ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਫਿਰ ਗੱਡੀ ਨੇ ਸਿੱਧਾ ਜੰਪ ਅਜਿਹਾ ਮਾਰਿਆ ਕਿ ਖੌਫਨਾਕ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ। ਦੱਸਿਆ ਜਾ ਰਿਹਾ ਕਿ ਫੋਰਚੂਨਰ ਚਾਲਕ ਜਿਸ ਦੀ ਉਮਰ 23 ਸਾਲ ਸੀ ਜੋ ਚੰਡੀਗੜ੍ਹ ਦੇ ਸੈਕਟਰ 37 'ਚ ਆਉਂਦਾ ਦਿਖਾਈ ਦੇ ਰਿਹਾ ਜਿਸ ਨੂੰ ਹਾਦਸੇ 'ਚ ਕਾਫੀ ਸੱਟਾਂ ਵੀ ਲੱਗੀਆਂ ਨੇ। ਇਸ ਹਾਦਸੇ 'ਚ ਗੱਡੀ ਦਾ ਨੁਕਸਾਨ ਵੀ ਹੋਇਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਸੀਂ ਹਾਦਸੇ ਤਾਂ ਕਈ ਵੇਖੇ ਹੋਣੇ ਪਰ ਹੁਣ ਅਜਿਹਾ ਹਾਦਸਾ ਦਿਖਾਉਣ ਜਾ ਰਹੇ ਜਿਸ 'ਚ ਇੱਕ ਫੋਰਚੂਨਰ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਫਿਰ ਗੱਡੀ ਨੇ ਸਿੱਧਾ ਜੰਪ ਅਜਿਹਾ ਮਾਰਿਆ ਕਿ ਖੌਫਨਾਕ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ। ਦੱਸਿਆ ਜਾ ਰਿਹਾ ਕਿ ਫੋਰਚੂਨਰ ਚਾਲਕ ਜਿਸ ਦੀ ਉਮਰ 23 ਸਾਲ ਸੀ ਜੋ ਚੰਡੀਗੜ੍ਹ ਦੇ ਸੈਕਟਰ 37 'ਚ ਆਉਂਦਾ ਦਿਖਾਈ ਦੇ ਰਿਹਾ ਜਿਸ ਨੂੰ ਹਾਦਸੇ 'ਚ ਕਾਫੀ ਸੱਟਾਂ ਵੀ ਲੱਗੀਆਂ ਨੇ। ਇਸ ਹਾਦਸੇ 'ਚ ਗੱਡੀ ਦਾ ਨੁਕਸਾਨ ਵੀ ਹੋਇਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਸੀਂ ਹਾਦਸੇ ਤਾਂ ਕਈ ਵੇਖੇ ਹੋਣੇ ਪਰ ਹੁਣ ਅਜਿਹਾ ਹਾਦਸਾ ਦਿਖਾਉਣ ਜਾ ਰਹੇ ਜਿਸ 'ਚ ਇੱਕ ਫੋਰਚੂਨਰ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਫਿਰ ਗੱਡੀ ਨੇ ਸਿੱਧਾ ਜੰਪ ਅਜਿਹਾ ਮਾਰਿਆ ਕਿ ਖੌਫਨਾਕ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ। ਦੱਸਿਆ ਜਾ ਰਿਹਾ ਕਿ ਫੋਰਚੂਨਰ ਚਾਲਕ ਜਿਸ ਦੀ ਉਮਰ 23 ਸਾਲ ਸੀ ਜੋ ਚੰਡੀਗੜ੍ਹ ਦੇ ਸੈਕਟਰ 37 'ਚ ਆਉਂਦਾ ਦਿਖਾਈ ਦੇ ਰਿਹਾ ਜਿਸ ਨੂੰ ਹਾਦਸੇ 'ਚ ਕਾਫੀ ਸੱਟਾਂ ਵੀ ਲੱਗੀਆਂ ਨੇ। ਇਸ ਹਾਦਸੇ 'ਚ ਗੱਡੀ ਦਾ ਨੁਕਸਾਨ ਵੀ ਹੋਇਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।